ਜੇਕਰ ਤੁਸੀਂ ਵੀ ਹੋ ਸਲਾਦ ਖਾਣ ਦੇ ਸ਼ੌਕੀਨ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਦੇਖੋ। ਗਰਮੀਆਂ ਦਾ ਮੌਸਮ ਹੁਣ ਆ ਚੁੱਕਿਆ ਹੈ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 30 ਡਿਗਰੀ ਨੂੰ ਪਾਰ ਵੀ ਕਰ ਗਿਆ। ਇਸੇ ਦੇ ਨਾਲ ਲੋਕ ਗਰਮੀ ਤੋਂ ਬਚਣ ਦੇ ਲਈ ਕਈ ਤਰ੍ਹਾਂ ਦੇ ਉਪਾਏ ਕਰਦੇ ਨੇ, ਸਲਾਦ ਵੀ ਖਾਂਦੇ ਨੇ ਅਤੇ ਅਜਿਹੇ 'ਚ ਲੋਕ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਕਈ ਬਦਲਾਅ ਕਰਦੇ ਨੇ। ਦੱਸ ਦਈਏ ਕਿ ਗਰਮੀਆਂ 'ਚ ਲੋਕ ਕੱਕੜੀ ਦਾ ਸੇਵਨ ਬਹੁਤ ਜ਼ਿਆਦਾ ਕਰਦੇ ਨੇ। ਕਈ ਵਾਰ ਨਮਕ ਦੇ ਨਾਲ ਇਸ ਨੂੰ ਖਾਧਾ ਜਾਂਦਾ ਹੈ ਅਤੇ ਕਈ ਵਾਰ ਸਲਾਦ ਵਾਂਗ, ਪਰ ਗਲਤ ਸਮੇਂ 'ਤੇ ਕੱਕੜੀ ਦਾ ਸੇਵਨ ਨੁਕਸਾਨ ਕਰ ਸਕਦਾ ਹੈ। ਜੀ ਹਾਂ, ਤਜ਼ੁਰਬੇਕਾਰ ਜਿਹੜੇ ਡਾਕਟਰ ਨੇ ਉਹ ਦੱਸਦੇ ਨੇ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਕੱਕੜੀ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ 'ਚ ਮਦਦ ਮਿਲਦੀ ਹੈ। ਇਹ ਫਲ ਗਰਮੀਆਂ ਦੇ ਵਿੱਚ ਸਰੀਰ ਨੂੰ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ ਅਤੇ ਪਾਣੀ ਦੀ ਕਮੀ ਨੂੰ ਵੀ ਦੂਰ ਕਰਦਾ ਹੈ। ਪਰ ਦੂਜੇ ਪਾਸੇ ਡਾਕਟਰ ਇਹੀ ਦੱਸਦੇ ਨੇ ਕਿ ਕੱਕੜੀ ਦਾ ਸੇਵਨ ਜੇਕਰ ਗਲਤ ਸਮੇਂ 'ਤੇ ਕੀਤਾ ਜਾਵੇ ਤਾਂ ਇਹ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਜੀ ਹਾਂ, ਵੱਧ ਮਾਤਰਾ ਦੇ ਵਿੱਚ ਖਾਣ ਦੇ ਕਈ ਨੁਕਸਾਨ ਹੋ ਸਕਦੇ ਨੇ। ਮੁੱਖ ਤੌਰ 'ਤੇ ਨਿਮੋਨੀਆ ਅਤੇ ਜ਼ੁਕਾਮ ਦਾ ਖਤਰਾ ਹੁੰਦਾ ਹੈ ਅਤੇ ਕੱਕੜੀ ਕੁਦਰਤ ਦੇ ਵਿੱਚ ਬਹੁਤ ਠੰਡੀ ਹੁੰਦੀ ਹੈ, ਜਿਸ ਦੇ ਕਾਰਨ ਠੰਡ ਮਹਿਸੂਸ ਹੋਣ ਦੀ ਸਮੱਸਿਆ ਹੋ ਸਕਦੀ ਹੈ। ਜਿਨ੍ਹਾਂ ਨੂੰ ਐਲਰਜੀ ਦੀ ਸਮੱਸਿਆ ਹੈ ਉਹਨਾਂ ਨੂੰ ਇਸ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਤੇ ਉਹਨਾਂ ਅੱਗੇ ਦੱਸਿਆ ਹੈ ਕਿ ਕੱਕੜੀ ਬਾਰੇ ਇੱਕ ਕਹਾਵਤ ਵੀ ਹੈ ਕਿ ਸਵੇਰੇ ਕੱਕੜੀ ਹੀਰਾ, ਦੁਪਹਿਰ ਵਿੱਚ ਜ਼ੀਰਾ ਅਤੇ ਰਾਤ ਨੂੰ ਕੱਕੜੀ ਪੀੜਾ। ਤਾਂ ਇਸਦਾ ਮਤਲਬ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਕੱਕੜੀ ਦਾ ਸੇਵਨ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ। ਇਸ ਕਾਰਨ ਠੰਡ ਲੱਗਣ ਦੇ ਨਾਲ ਨਾਲ ਪੇਟ 'ਚ ਕੜਵਲ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਨੇ ਅਤੇ ਜ਼ੁਕਾਮ ਤੋਂ ਪੀੜਿਤ ਜਿਹੜੇ ਲੋਕ ਨੇ ਉਹਨਾਂ ਨੂੰ ਕੱਕੜੀ ਦਾ ਸੇਵਨ ਨਹੀਂ ਕਰਨਾ ਚਾਹੀਦਾ।